ਸਟਾਰਟ। ਜਿੱਥੋਂ ਤੱਕ ਬੁਨਿਆਦੀ ਢਾਂਚੇ ਦਾ ਸੰਬੰਧ ਹੈ, ਸਭ ਤੋਂ ਪਹਿਲਾਂ ਬਿਜਲੀ ਦੇ ਵਿਕਾਸ ਵੱਲ ਧਿਆਨ ਦੇਣ ਦੀ ਲੋੜ ਹੈ। ਡੰਡੀ ਸਰਕਾਰ ਰੋਪੜ ਥਰਮਲ ਪਲਾਂਟ ਅਤੇ ਥੀਨ ਡੈਮ ਨੂੰ ਘੱਟ ਤੋਂ ਘੱਟ ਸਮੇਂ ਵਿੱਚ ਪੂਰਾ ਕਰਨ ਦੀ ਇੱਛਕ ਹੈ। ਡੰਡੀ ਮਾਣਯੋਗ ਸਦਨ ਨੂੰ ਮੈਂ ਇਹ ਯਕੀਨ ਦਿਵਾਉਂਦਾ ਹਾਂ ਕਿ ਅਸੀਂ ਬਿਜਲੀ ਦੇ ਵਿਕਾਸ ਸੰਬੰਧੀ ਇਹਨਾਂ ਪ੍ਰਾਜੈਕਟਾਂ ਨੂੰ ਵਿੱਤੀ ਸਾਧਨਾਂ ਦੀ ਥੁੜ ਕਰਕੇ ਰੁਕਣ ਨਹੀਂ ਦੇਵਾਂਗੇ। ਡੰਡੀ ਇਹਨਾਂ ਪ੍ਰਾਜੈਕਟਾਂ ਲਈ ਰਾਜ ਦੇ ਬਜਟ ਤੋਂ ਬਾਹਰ ਵਿਸ਼ਵ ਬੈਂਕ ਜਿਹੇ ਸੰਸਥਾਵੀ ਵਿੱਤ ਪ੍ਰਾਪਤ ਕਰਨ ਲਈ ਨਵੇਂ ਸਾਧਨ ਵੀ ਲੱਭੇ ਜਾ ਰਹੇ ਹਨ। ਜਿੱਥੋਂ ਤੱਕ ਸਿਹਤ, ਮੈਡੀਕਲ ਅਤੇ ਦਿਹਾਤੀ ਸੜਕਾਂ ਸੰਬੰਧੀ ਸਮਾਜਿਕ ਬੁਨਿਆਦੀ ਢਾਂਚੇ ਦਾ ਸਵਾਲ ਹੈ, ਇਹਨਾਂ ਵਿੱਚ ਗੁਣਾਤਮਿਕ ਦ੍ਰਿਸ਼ਟੀ ਤੋਂ ਸੁਧਾਰ ਕਰਨ 'ਤੇ ਜ਼ੋਰ ਦਿੱਤਾ ਜਾਵੇਗਾ। ਡੰਡੀ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹਨਾਂ ਸੰਸਥਾਵਾਂ ਨੂੰ ਨਿਪੁੰਨਤਾ ਤੇ ਸੇਵਾ ਦੇ ਉੱਚੇ ਮਿਆਰ ਤੱਕ ਲਿਆਉਣ ਲਈ ਭਾਰੀ ਰਕਮਾਂ ਦੀ ਲੋੜ ਪਵੇਗੀ, ਪਰ ਸਰਕਾਰ ਇਸ ਕੰਮ ਨੂੰ ਪੜਾਅਵਾਰ ਢੰਗ ਨਾਲ ਹੱਥ ਵਿੱਚ ਲੈਣ ਦਾ ਦ੍ਰਿੜ ਨਿਸ਼ਚਾ ਰੱਖਦੀ ਹੈ। ਟੈਂਡੀ ਨਵੀਂ ਵਿਕਾਸ ਨੀਤੀ ਨੂੰ ਠੋਸ ਰੂਪ ਦੇਣ ਲਈ ਇਹ ਲਾਜ਼ਮੀ ਹੈ ਕਿ ਯੋਜਨਾਬੰਦੀ ਦੀਆਂ ਪ੍ਰਕਿਰਿਆਵਾਂ ਅਤੇ ਕਾਰਜ ਵਿਧੀਆਂ ਵਿੱਚ ਸੁਧਾਰ ਕੀਤਾ ਜਾਵੇ। ਡੰਡੀ ਇਸ ਉਦੇਸ਼ ਨੂੰ ਮੁੱਖ ਰੱਖ